मंजूर गुरु गोविंद सिंह एह दी मंजूर गुरु गोविंद सिंह नासरो मंजूर गुरु गोविंद सिंह नासरो ਜਦੋਂ ਬੁਜ਼ਦਿਲੀ ਦੀਆਂ ਕਾਲਖਾਂ ਨੇ ਇਸ ਧਰਤੀ ਦੇ ਹਰ ਬਸ਼ਰ ਦਾ ਜ਼ਮੀਰ ਕਰੂਪ ਕਰ ਦਿੱਤਾ ਜਦੋਂ ਥੋਥੇ ਮਿਥਿਹਾਸ ਦੀਆਂ ਦਕੀਆਂ ਨੂੰ ਉਸਤੇ ਘਨਾਉਣੀਆਂ ਪੰਡਤਾਊ ਸਾਜ਼ਿਸ਼ਾਂ ਨੇ ਇਨਸਾਨੀ ਕਦਰਾਂ ਕੀਮਤਾਂ ਦੀ ਪਾਕ ਚਾਦਰ ਨੂੰ ਲੰਘਾਰ ਕਰ ਦਿੱਤਾ ਜਦੋਂ ਵਿਦੇਸ਼ੀ ਹਮਲਾਵਰਾਂ ਦੇ ਜ਼ਬਰ ਜ਼ੁਲਮ ਅਤੇ ਤਸ਼ੱਦਦ ਸਾਹਮਣੇ ਇਸ ਧਰਤ ਦਾ ਹਰ ਬਸ਼ਿੰਦਾ ਗੋਡੇ ਟੇਕ ਗਿਆ ਉਦੋਂ ਪਲ ਪਲ ਜ਼ਿਬਾ ਹੋ ਰਹੀ ਵਤਨ ਦੀ ਅਜ਼ਮਤ ਆਬਰੂ ਦੀ ਰਖਵਾਲੀ ਲਈ ਕਰੋੜਾਂ ਦੇਵੀ ਦੇਵਤਿਆਂ ਦੇ ਉਪਾਸ਼ਕਾਂ ਚੋਂ ਇੱਕ ਵੀ ਕਿਧਰੇ ਨਜ਼ਰੀ ਨਾ ਆਇਆ ਅਜਿਹੇ ਗਰਦੋ ਗੁਬਾਰ ਅੰਦਰ ਸ਼ਾਹੇ ਸ਼ਹਿਨਸ਼ਾਹ ਕਾਦਰੇ ਹਰਕਾਰ ਕਾਮਲੁਲ ਅਖਲਾਕ ਬਾਦਸ਼ਾਹ ਦਰਵੇਸ਼ ਸੱਚੇ ਪਾਤਸ਼ਾਹ ਦਸਮ ਪਿਤਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸ਼ਮਸ਼ਾਨ ਭੂਮੀ ਦੀ ਰਾਖ ਤੋਂ ਵੀ ਹਲਕੀ ਨਿੱਗਰ ਚੁੱਕੀ ਦੇਸ਼ ਵਾਸੀਆਂ ਦੇ ਪੰਚ ਭੂਤਕ ਜਿਸਮਾਂ ਦੀ ਮਿੱਟੀ ਨੂੰ ਆਪਣੇ ਤੀਰਾਂ ਦੀਆਂ ਨੋਕਾਂ ਨਾਲ ਲੱਦਿਆ ਇਸ ਵਿੱਚ ਨਵੀਂ ਰੂਹ ਫੂਕਣ ਲਈ ਮੋਏ ਜ਼ਮੀਰ ਚੋਂ ਅਣਖ ਦੀ ਲੱਟ ਲੱਟ ਬਲ ਦੀ ਜਵਾਲਾ ਪ੍ਰਜਵੱਲਿਤ ਕਰਨ ਲਈ ਆਪਣੇ ਮਾਤਾ ਪਿਤਾ ਚਾਰ ਜਿਗਰ ਦੇ ਟੋਟਿਆਂ ਤੇ ਹਜ਼ਾਰਾਂ ਜਾਨਸਾਰਾਂ ਦੀ ਰੱਤ ਨਾਲ ਇਸ ਮੁਰਦਾ ਮਿੱਟੀ ਨੂੰ ਸਿੰਜ ਕੇ ਗਿੱਦੜ ਕੁਰਲਾਟਾਂ ਨੂੰ ਸ਼ੇਰਾਂ ਦੀਆਂ ਦਹਾੜਾਂ 'ਚ ਬਦਲ ਦਿੱਤਾ ਨਾਥ ਦੇ ਸੰਗੀਨ ਹਾਲਾਤ 'ਚ ਗੁਰੂ ਸਾਹਿਬ ਨੇ ਵਕਤ ਦੇ ਜਾਬਰ ਸ਼ਹਿਨਸ਼ਾਹ ਅਬੂ ਜ਼ਫਰ ਮੁਹੀਉਦੀਨ ਮੁਹੰਮਦ ਔਰੰਗਜ਼ੇਬ ਆਲਮਗੀਰ ਨੂੰ ਦੋ ਖਤ ਲਿਖੇ ਤਾਂ ਜੋ ਉਸ ਨੂੰ ਉਸ ਦੀ ਹਕੂਮਤ ਦੇ ਅਣਮਨੁੱਖੀ ਚੱਲਣ ਦੀ ਖਬਰ ਅਤੇ ਉਸ ਦੇ ਆਪਣੇ ਗਿਰੇ ਹੋਏ ਕਿਰਦਾਰ ਦਾ ਇਲਮ ਹੋ ਸਕੇ ਪੰਜਾਬ ਦੇ ਬਹਾਦਰੋ ਜਾਨਸਾਰੋ ਬੁਲੰਦ ਖਿਆਲ ਰੋਸ਼ਨ ਜ਼ਮੀਰ ਵਤਨ ਪ੍ਰਸਤੋ ਇਹ ਗੱਲ ਯਾਦ ਰਹੇ ਕਿ ਦੁਨੀਆਂ ਦੀ ਤਾਰੀਖ ਵਿੱਚ ਤੁਹਾਡੀ ਬਹਾਦਰੀ ਅਤੇ ਜ਼ਿੰਦਾ ਦਿਲੀ ਦੀ ਅਮਰ ਕਹਾਣੀ ਦਾ ਹਰ ਸਫ਼ਾ ਆਪਣੀ ਕਲਮ ਨਾਲ ਵਕਤ ਨੇ ਸੁਨਹਿਰੀ ਅਲਫਾਜ਼ 'ਚ ਲਿਖਿਆ ਹੈ ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੁਆਰਾ ਔਰੰਗਜ਼ੇਬ ਬਾਦਸ਼ਾਹ ਨੂੰ ਫਾਰਸੀ ਬੈਂਚ ਲਿਖੇ ਦੋ ਖਤ ਸਾਡੀ ਅਜ਼ੀਮ ਉਹ ਸ਼ਾਨ ਤਾਰੀਖ ਦੀ ਬੇਮਿਸਾਲ ਦਾਸਤਾਨ ਨੂੰ ਬਿਆਨ ਦੇ ਨੇ ਇਹਨਾਂ ਦੋਵੇਂ ਖਤਾਂ ਦਾ ਹਰ ਅੱਖਰ ਬੇਬਸੀ ਬੇਕਸੀ ਦੀਆਂ ਤਾਰੀਕੀਆਂ 'ਚ ਦਮ ਤੋੜ ਰਹੀ ਲਾਚਾਰ ਮਨੁੱਖਤਾ ਨੂੰ ਗੈਰਤ ਅਤੇ ਅਣਖ ਨਾਲ ਸਰ ਉਠਾ ਕੇ ਜੀਣ ਦਾ ਅਲੌਕਿਕ ਸਬਕ ਹੈ ਸਾਹਿਬ ਨੇ ਸੂਬਾ ਸਰਹੰਦ ਮੁਗਲੀਆ ਫੌਜਦਾਰਾਂ ਅਹਿਲਕਾਰਾਂ ਏਲਚੀਆਂ ਤੇ ਪਹਾੜੀ ਰਾਜਿਆਂ ਦੀਆਂ ਕਾਲੀਆਂ ਕਰਤੂਤਾਂ ਤੋਂ ਔਰੰਗਜ਼ੇਬ ਨੂੰ ਆਗਾਹ ਕਰਵਾਉਣ ਲਈ ਪਹਿਲਾ ਖਤ
ਦਸੰਬਰ ਮਹੀਨੇ ਦੇ ਆਖਰੀ ਹਫ਼ਤੇ ਸਨ 1704 ਈਸਵੀ ਵਿੱਚ ਲਿਖਿਆ। ਇਸੇ ਪਹਿਲੇ ਖਾਤ ਦਾ ਨਾਮ ਫਤਿਹਨਾਮਾ ਹੈ। ਬਾਦਸ਼ਾਹ ਔਰੰਗਜ਼ੇਬ ਤੋਂ ਫਤਿਹਨਾਮੇ ਦਾ ਜਵਾਬ ਪਾਉਣ ਉਪਰੰਤ ਗੁਰੂ ਸਾਹਿਬ ਨੇ ਦੂਸਰਾ ਖਤ ਸਨ 1705 ਈਸਵੀ ਦੇ ਆਰੰਭ 'ਚ ਪਿੰਡ ਦੀਨਾ ਕਾਂਗੜ ਤੋਂ ਲਿਖ ਕੇ ਔਰੰਗਜ਼ੇਬ ਵੱਲ ਦੱਖਣ ਭੇਜਿਆ। ਨਾਮਾ ਗੋਬਿੰਦ ਸਿੰਘ ਬਨਾਮ ਔਰੰਗਜ਼ੇਬ ਭਾਵ ਫਤਿਹਨਾਮਾ। ਇਹ ਪੱਤਰ ਦਸ਼ਮੇਸ਼ ਜੀ ਨੇ ਮਾਛੀਵਾੜੇ ਤੋਂ ਔਰੰਗਜ਼ੇਬ ਨੂੰ ਲਿਖਿਆ। ਬਨਾਮੇ ਖੁਦਾਵੰਦੇ ਤੇਗੋ ਤਬਰ ਖੁਦਾਵੰਦੇ ਤੀਰੋ ਸਨਾਨੋ ਸਿਪਰ ਖੁਦਾਵੰਦੇ ਮਰਦਾਨੇ ਜੰਗਾਜ਼ਮਾ ਖੁਦਾਵੰਦੇ ਅਸਪਾਨੇ ਪਾਦਰ ਹਵਾ। ਐ ਔਰੰਗਜ਼ੇਬ, ਮੈਨੂੰ ਖੁਦਾ ਦੀ ਕਸਮ ਤੇ ਕਸਮ ਹੈ ਮੈਨੂੰ ਤੀਰਾਂ ਤਲਵਾਰਾਂ ਨੇਜ਼ਿਆਂ ਦੀ ਜੋ ਸੂਰਬੀਰ ਮੈਦਾਨੇ ਜੰਗ ਵਿੱਚ ਪਹਿਨਦੇ ਨੇ। ਮੈਨੂੰ ਕਸਮ ਹੈ ਉਹਨਾਂ ਬਹਾਦਰਾਂ ਦੀ ਜੋ ਸੰਗੀਨ ਖਤਰਿਆਂ 'ਚ ਸਿਰ ਧੜਦੀ ਬਾਜ਼ੀ ਲਾਉਂਦੇ ਨੇ ਅਤੇ ਕਸਮ ਹੈ ਉਹਨਾਂ ਘੋੜਿਆਂ ਦੀ ਜੋ ਹਵਾ ਦੀ ਬਰਾਬਰੀ ਕਰਦੇ ਨੇ। ਮੈਨੂੰ ਸੱਚਾਈ ਕਹਿਣ ਤੋਂ ਕੋਈ ਡਰ ਨਹੀਂ। ਹਮਾ ਕੋ ਤੁਰਾ ਪਾਤਸ਼ਾਹੀ ਬਦਾਦ ਬਮਾ ਦੌਲਤੇ ਦੀ ਪਨਾਹੀ ਬਦਾਦ ਤੁਰਾ ਤਰਕ ਤਾਜ਼ੀ ਬਿਮਕਰੋ ਰਿਆ ਮਰਾ ਚਾਰਾ ਸਾਜ਼ੀ ਬਸਿਦਕੋ ਸਫਾ। ਜਿਸ ਅੱਲਾ ਪਾਕ ਨੇ ਤੈਨੂੰ ਬਾਦਸ਼ਾਹ ਤਤਾ ਫਰਮਾਈ ਹੈ, ਉਸੇ ਹੀ ਪਰਵਤਗਾਰ ਨੇ ਮੈਨੂੰ ਧਰਮ ਰੱਖਿਆ ਦੀ ਦੌਲਤ ਨਾਲ ਨਵਾਜ਼ਿਆ ਹੈ। ਨਾਮਾ ਗੋਬਿੰਦ ਸਿੰਘ ਬਨਾਮ ਔਰੰਗਜ਼ੇਬ ਇੱਕ ਓਮਕਾਰ। ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਮੁਖਵਾਕ ਪਾਤਸ਼ਾਹੀ ਦਸਵੀਂ ਜ਼ਫਰਨਾਮਾ ਭਾਵ ਫਤਿਹ ਪੱਤਰ। ਇਹ ਖਤ ਗੁਰੂ ਸਾਹਿਬ ਨੇ ਔਰੰਗਜ਼ੇਬ ਤੋਂ ਫਤਿਹਨਾਮੇ ਦਾ ਜਵਾਬ ਪਾਉਣ ਉਪਰੰਤ 1705 ਈਸਵੀ ਦੇ ਆਰੰਭ 'ਚ ਪਿੰਡ ਦੀਨਾ ਕਾਂਗੜ ਤੋਂ ਲਿਖ ਕੇ ਮੁਗਲ ਬਾਦਸ਼ਾਹ ਨੂੰ ਦੱਖਣ ਘੱਲਿਆ। ਹਮਦੋ ਸਨਾ ਭਾਵ ਬੰਦਨਾ ਕਮਾਲੇ ਕਰਾਮਾਤ ਕਾਇਮ ਕਰੀਮ ਰਜ਼ਾ ਬਖਸ਼ਿਓ ਰਾਜ਼ਕ ਰਿਹਾ ਕੋ ਰਹੀਮ ਅਮਾ ਬਖਸ਼ੋ ਬਖਸ਼ਿੰਦੋ ਦਸਤਗੀਰ ਖਤਾ ਬਖਸ਼ੋ ਰੋਜ਼ੀ ਦਿਹੋ ਦਿਲ ਪਜ਼ੀਰ। ਅਕਾਲ ਪੁਰਖ ਅਲੌਕਿਕ ਸ਼ਕਤੀਆਂ ਦਾ ਸਿਖਰ ਹਮੇਸ਼ਾ ਰਹਿਣ ਵਾਲਾ ਰਿਜ਼ਕਦਾਤਾ ਖੁਸ਼ੀਆਂ ਬਖਸ਼ਣ ਵਾਲਾ ਮੁਕਤੀਦਾਤਾ ਤੇ ਰਹਿਮ ਕਰਨ ਵਾਲਾ ਹੈ। ਉਹ ਇਨਸਾਫ ਦੇਣ ਵਾਲਾ ਸ਼ਾਂਤੀ ਦਾ ਨੂਰ ਬਖੇਰਨ ਵਾਲਾ ਮਿਹਰਬਾਨ ਅਤੇ ਨਿਆਸਰਿਆਂ ਦਾ ਆਸਰਾ ਹੈ। ਆਪਣੀਆਂ ਅਪਾਰ ਬਖਸ਼ਿਸ਼ਾਂ ਨਾਲ ਉਹ ਸਮਸਤ ਜੀਵਾਂ ਨੂੰ ਨਿਹਾਲ ਕਰਦਾ ਅਤੇ ਦਿਆਲਤਾ ਨਾਲ ਗੁਨਾਹ ਬਖਸ਼ਦਾ ਹੈ।